ਦੋਸਤੋ, ਅਗਰ ਤੁਸੀਂ ਰੋਜ਼ਾਨਾ ਕਬੱਡੀ ਦੇ ਨਵੇਂ ਮੈਚਸ ਜਾਂ ਨਵੀਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਦਾ ਸਭ ਤੋਂ ਵੱਡਾ ਕਬੱਡੀ ਦਾ ਇਸ਼ਕ ਯੂਟਿਊਬ ਚੈਨਲ ਲਾਜ਼ਮੀ ਸਬਸਕ੍ਰਾਈਬ ਕਰੋ ਔਰ ਇਸ ਦੇ ਨਾਲ ਬੈਲ ਦੇ ਆਈਕਾਨ ਨੂੰ ਵੀ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਪਾਕਿਸਤਾਨ ਏਅਰਫੋਰਸ ਨੂੰ ਪਹਿਲੀ ਰੇਡ ਪਏਗੀ ਮੁਹੰਮਦ ਵਕਾਸ ਭਾਟੇ। ਇੱਕ ਦੋ ਤਿੰਨ ਨਹੀਂ, ਅਸੀਂ ਚਾਰਾਂ ਭਰਾ। ਜਿਹੜਾ ਚੰਗਾ ਲੱਗਦਾ ਤੂੰ ਹੱਥ ਉਸ ਨੂੰ ਲਾ। ਜੀ ਮੁਹੰਮਦ ਵਕਾਸ ਭੱਟ, ਪਾਕਿਸਤਾਨ ਏਅਰਫੋਰਸ ਦਾ ਸ਼ਾਹੀਨ ਮੁਸ਼ਰਫ ਜਵੇਦ ਜੰਜੂਏ ਨੇ ਵੱਧ ਕੇ ਪਕੜਨੇ ਦੀ ਕੋਸ਼ਿਸ਼ ਕੀਤੀ ਸੀ, ਬਾਹਾਂ ਖਿਲਾਰੀਆਂ ਹੋਈਆਂ। ਵਕਾਸ ਭੱਟ ਕਹਿੰਦੇ ਮੈਂ ਲੱਡੂ ਵੰਡ ਦੀ ਕਚਹਿਰੀਓਂ ਆਵਾਂ। ਜੇ ਪਹਿਲੀ ਚਲੋ ਜੀ, ਪਾਕਿਸਤਾਨ ਦਾ ਸੁਪਰ ਸਟਾਰ ਜਾਬਰ ਕਰੀ ਇੱਕ ਦੂਜੇ ਤੇ ਕਰਨਗੇ ਵਾਰ ਕਾਢੇ। ਮੈਂ ਤੁਹਾਡਾ ਆਪਣਾ ਵੀ ਅਮਰ ਅਮਜਦ ਲਓ ਜੀ, ਇਧਰਲੇ ਪਾਸੇ ਬਲਾਲ ਮੋਹਸਨ ਢਿੱਲੋਂ, ਸਾਹਮਣੇ ਕਮਲ ਭੱਟ ਆਇਆ ਸੋਹਣਿਆ। ਵੇਖ ਕਮਲ ਭੱਟ ਤੇ ਬਲਾਲ ਮੋਹਸਨ ਢਿੱਲੋਂ ਜੱਟ ਤੇ ਭੱਟ ਚੌਵੀ ਜ਼ੋਨ ਲਈ ਗੋਲਡ ਕੱਪ ਕਬੱਡੀ ਟੂਰਨਾਮੈਂਟ 2018 ਦਾ ਕਿਹੜੀ ਟੀਮ ਚੈਂਪੀਅਨ ਦਾ ਤਾਜ ਆਪਣੇ ਸਿਰ ਤੇ ਲਵੇਗੀ? ਅੱਜ 24 ਸ਼ਾਮਿਲ ਸੈਂਸਾ ਪੂਰੇ ਇੰਜਾਏ ਕਰ ਰਹੇ ਕਬੱਡੀ ਨੂੰ। ਖਾਲਦ ਭੱਟੀ ਦੂਸਰੇ ਵਾਲੇ ਤੇ ਚੱਲ ਸੋਹਣਿਆ, ਅਗਲੇ ਵਾਰ ਤੇ ਗਏ ਜਾਲ ਖੜੇ ਜੀ, ਪਾਕ ਪਵਿੱਤਰ ਹੋ ਗਏ ਜਿਵੇਂ ਪੈਰ ਮਸੀਹ ਚ ਤਰੀਦਾ ਏ। ਪਾਓ ਅਗਲੇ ਤੇ ਗੱਲ ਤੂੰ ਸ਼ੇਰ ਵਾਂਗੂ, ਪਰ ਜਿਵੇਂ ਨਮਾਨ ਤੋਂ ਰਲੀਦਾ ਏ। ਨਵੀਸ ਗੁੱਜਰ ਖਾਲਦ ਭੱਟੀ ਰਦਾਦ ਗਿੱਲ ਸਾਹਿਬ ਖਾਲਦ ਬਰਾਦੁੱਲਾ ਕੰਬੋ ਸਿਆਣਾ ਦੇ ਤਜਰਬੇ ਕਾਰ ਲਓ ਆਇਆ ਜੇ ਲਾਲਾ ਬਰਾਦੁੱਲਾ ਸੋਹਣਾ ਅੱਖ ਦਾ ਸਾਂ ਸਮੁੰਦਰੀ ਦਾ ਇਹਦੇ ਨਾਂ ਦੇ ਵੱਜਦੇ ਢੋਲ ਯਾਰੋ ਪੰਪਰ ਸ਼ੇਰ ਪਰਵਾਨ ਸਮੁੰਦਰੀ ਦਾ ਮੱਥੇ ਚੜ ਪੰਜਾਬ ਦੇ ਯਾਰੋ ਬਣ ਗਿਆ ਹੈ ਮਾਨ ਸਮੁੰਦਰੀ ਦਾ ਦੇਰ ਤੱਕ ਇਹ ਮੰਗ ਦੁਆ ਭੱਟੀ ਜੀਂਦਾ ਰਹੇ ਸੁਲਤਾਨ ਸਮੁੰਦਰੀ ਦਾ ਸੁਲਤਾਨ ਆਫ ਸਮੁੰਦਰੀ ਲਾਲਾ ਬੈਦਲਾ ਕੰਬੋ ਮੁਸ਼ਰਫ ਜਿੰਵੇ ਨੇ ਹਿੱਕ ਤੇ ਹੱਥ ਲਾਇਆ ਔਰ ਪਿੱਛੇ ਚੜਿਆ ਸ਼ਾਨੀ ਬਸਰਾ ਪੁਆਇੰਟ ਡਬਲ ਟੱਚ ਪੁਆਇੰਟ ਫਿੰਗਰ ਐਸਰੇ ਕਬੱਡੀ ਪਾਏਗਾ ਸ਼ਬੀਰ ਚਿਸ਼ਤੀ ਤੁਹਾਡੀਆਂ ਤਾੜੀਆਂ ਚੌਰੀ ਦੌੜ ਲਈ ਗੋਲਡ ਕੱਪ। ਹਾਂ ਬਾਈ ਚਿਸ਼ਤੀ ਨਵੀਸ ਜੱਟ ਵਕਾਸ ਗੁੱਜਰ ਮਦਸਰ ਮੱਛੋ ਤੇ ਨਵੀਸ ਗੁੱਜਰ ਚੱਲ ਬਾਈ ਗੁਜਰਾ ਵੇਖਾਂਗੇ ਐਸਰੇ ਸਰ ਸਬਜ਼ ਦਾ ਸਾਡੇ ਨਾਲ ਪੂਰਾ ਮੁਹੱਬਤ ਪੂਰਾ ਇਸ਼ਤਰਾਕ ਪਾਕਿਸਤਾਨ ਕਬੱਡੀ ਫੈਡਰੇਸ਼ਨ ਲਓ ਜੀ ਹਾਏ ਹਾਏ ਆਓ ਜੀ ਆਈ ਚੌਂਕੀ ਦੇ ਵਿਚਾਰਾਂ ਤੋਂ ਸਦਕੇ ਜਾ ਚਿਸ਼ਤੀ ਜੱਟ ਵਕਾਸ ਭੱਟ ਪਾਏਗਾ ਕਬੱਡੀ। ਹਾਂਜੀ ਲੈ ਬਾਈ ਸੋਹਣਿਆ ਵਕਾਸ ਭੱਟੀ ਪੈਂਦੀ ਕਬੱਡੀ ਆਏ ਹਾਏ ਕਾਲੇ ਨਹਿਰਾਂ ਵਗਦੇ ਰਹਿਣ ਰੱਬਾ ਮੇਲੇ ਲੱਗਦੇ ਰਹਿਣ ਆਓ ਸ਼ਾਨੀ ਬਸਰਾਈ ਆਏ ਹਾਏ ਹਾਏ ਕਿਆ ਬਾਤ ਹੈ। ਤੋਪ ਸਿੰਘ ਮੰਡੇਰ ਸਾਹਿਬ ਨੂੰ ਮਿਲਿਆ ਜੀ ਇਧਰਲੇ ਪਾਸੇ ਕਬੱਡੀ ਲਾਲਾ ਜਾਬਰ ਚੱਲ ਸੋਹਣਿਆ ਲਾਲੇ ਅਕਰਮ ਦਾ ਚੰਡਿਆ ਗੱਭਰੂ ਕਲੇ ਵਿੱਚ ਮੈਦਾਨ ਕਮਾਲਾ ਹਰ ਪਿਓ ਦੀ ਧੋਖਾ ਪਿੱਛੇ ਕਰੋ ਜੀ। ਹਾਂਜੀ ਬਲਾਲ ਮੋਹਸਨ ਢਿੱਲੋਂ ਹਾਂਜੀ ਬਲਾਲ ਮੋਹਸਨ ਢਿੱਲੋਂ ਅਗਲੇ ਪਾਸੇ ਸਾਹਮਣੇ ਬਸ ਤਰੀ ਬਾਸਾ ਅੱਜ ਫਾਈਨਲ ਮੈਚ ਚੱਲਦਾ ਹੋਇਆ ਮੁਕਾਬਲਾ ਆ ਲਿਜਾਉਂਦਾ ਪੁਆਇੰਟ ਸਾਈ ਟੱਪਿਆ ਮਾਰ ਕੇ ਛਾਏ ਨੌਜਵਾਨ ਐਸੇ ਖਾਲਦ ਭੱਟੀ ਚੱਲ ਬਈ ਸੋਹਣਿਆ ਪਿੰਡ ਚੰਦਰਾਵਾ ਇਹਨੇ ਪਹਿਲੇ ਰੇਲਵੇ ਫਿਰ ਪੁਲਿਸ ਅੱਜ ਵਾਪਦਾ ਪਤਾ ਨਹੀਂ ਕਿੰਨੇ ਮਹਿਕਮੇ ਨੇ ਰੰਬੀ ਦਾ ਬਿਸਮਿਲਾ ਜੀ ਆਏ ਹਾਏ ਪੁਆਇੰਟ ਬਣੂਗਾ ਜੀ ਹਾਂਜੀ ਬਹੁਤ ਅੱਛੇ ਜੀ ਪੁਆਇੰਟ ਬਟਨ ਦਾ ਵੈਲ ਡਨ ਪਿਆਰ ਬੜਾਈ ਸਾਹਿਬ ਤਵੱਜੋ ਜੀ ਪਿਆਰ ਚੀਮਾ ਸਾਹਿਬ ਜ਼ਿੰਦਾਬਾਦ ਜੀ ਇਧਰਲੇ ਪਾਸੋ ਆ ਬਈ ਲਾਲਾ ਲਾਲਾ ਤੇ ਮੁਸ਼ਰਫ ਆਏ ਹਾਏ ਪੱਟਾ ਜੋੜ ਪੱਟੀ ਤੱਕਰ ਉਹ ਮੈਂ ਸਦਕੇ ਆ ਗਿਆ ਲਾਲਾ ਸ਼ਫੀਕ ਕਿਸ਼ਤੀ ਇੱਕ ਵਾਰੀ ਤਾੜੀਆਂ ਮਾਰੋ ਗੱਭਰੂ ਦੀ ਹੌਸਲਾ ਅਫਜ਼ਾਈ ਤੇ ਕਰੋ ਚੱਲ ਕੇ ਖਿੱਚਣ ਚੱਲਿਆ ਜਿੱਤ ਦੀ ਲੀਗ ਕਿਸ਼ਤੀ ਨਹੀਂ ਦੀਦਾਬਾਦ ਲੀਗ ਕਿਸ਼ਤੀ ਜਬ ਵੀ ਹਮ ਜਾਂਦੇ ਪੇੜ ਕੰਮ ਜਾਂਦਾ ਜਦੋਂ ਰੇਲ ਨਹੀਂ ਆਉਂਦਾ ਸ਼ਫੀਕ ਦੱਸਿਆ।
ਜਾਵੇ ਉਹਨਾਂ ਨਾਲੋਂ ਮਾਣ ਸਨਮਾਨ ਹੋਏਗਾ। ਭਾਈ ਆਸਿਫ ਚੀਮਾ ਸਾਹਿਬ, ਮੁਹਤਰਮ ਜਨਾਬ, ਮੈਂ ਕਹਿੰਦਾ ਪਿਆ ਕਿ ਸਹੀਦ ਚੀਮਾ ਸਾਹਿਬ, ਆਤਮ ਚੀਮਾ ਸਾਹਿਬ, ਨਿਰਵੀਰ ਸਹੀਦ ਸਾਹਿਬ, ਇਹਨਾਂ ਦੇ ਨਾਮ ਹੋਣਗੇ। ਇੱਧਰ ਦੇਖੋ ਜੀ, ਦੋਵੇਂ ਪੱਟ ਪੁੱਤ ਨੰਬਰ ਵਿਕਾਸ ਬਣਦਾ ਮੁਖੀਆ ਦੇ ਵਿਦਵਾਨ ਵਾਸਤੇ ਜਿਹਨੇ ਜਿੱਥੇ ਵਾਲੇਗਾ। ਚੱਲ ਬਈ ਸੋਹਣਿਆ, ਪਾ ਕਬੱਡੀ ਕਬੱਡੀ ਪਾਉਣ ਵਾਸਤੇ ਜਾਬਰ ਤੰਬੋ ਪੈਰਾਂ ਦਾ ਛੋਲਾ ਗੱਭਰੂ ਇਸ ਟਾਈਮ ਕਬੱਡੀ ਕਬੱਡੀ ਕਰਦਾ ਹੋਇਆ ਉੱਧਰ ਨਫੀਸ ਗੁੱਜਰ, ਮਦਸਰ ਮੱਛੋ, ਸਾਜਾ ਗੁੱਜਰ ਤੇ ਵਿਕਾਸ ਗੁੱਜਰ, ਤਿੰਨ ਗੁੱਜਰ ਪੁੱਤ ਨੇ ਸਾਡੇ ਦਸਾਰ ਗੁੱਜਰ ਨੇ ਕੀਤੀ ਕੋਸ਼ਿਸ਼। ਬੱਲੇ 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 ਹਾਏ, ਹੁਣ ਜਰਾ ਤਾੜੀਆਂ ਨਾ ਮਾਰੇ ਘਰੋਂ ਕੋਈ ਨਹੀਂ ਵੇਖਣ ਆਇਆ ਹੋ ਸਕੇ। ਅਗਲੀ ਕਬੱਡੀ ਪਾਉਣ ਵਾਸਤੇ ਬਲਾਲ ਮੋਹਨ ਢਿੱਲੂ ਜੱਟ ਪੁੱਤ ਕਰੀ ਫੇਰ ਖੇਡ ਮੈਦਾਨ ਦੇ ਵਿੱਚ ਕਬੱਡੀ 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 ਕਰਦਾ ਹਾਏ ਮਾਰੀ ਜਦੋਂ ਸ਼ਾਲ ਲੱਗੇ ਜ਼ੋਰ ਪੱਟਾਂ ਨਾਲ ਅੱਖ ਦੇ ਚਮਕ ਨਾ ਕਮਾਲ ਜਿਹਾ ਹੋ ਗਿਆ। ਔਰ ਸਰਸਬਜ਼ ਖਾਦ ਬਣਾਉਣ ਵਾਲੇ ਫਾਤਮਾ ਫਰਟੀਲਾਈਜ਼ਰ ਪ੍ਰਾਈਵੇਟ ਲਿਮਿਟਡ, ਉਹਨਾਂ ਦੇ ਪਿਆਰ ਦਾ ਸ਼ੁਕਰੀਆ ਤੇ 7 ਲੱਖ ਰੁਪਏ ਦੇ ਕੈਸ਼ ਇਨਾਮਾਤ ਇਸ ਮੇਲੇ ਦੀ ਵੰਡ ਕੇ ਰੌਣਕ। ਕਬੱਡੀ ਪਾਏਗਾ ਖਾਦ ਪੱਟੀ ਪੁਆਇੰਟ ਪੁਆਇੰਟ। ਚੱਲ ਪਈ ਨਜ਼ੀਰਾ ਪਲੇਅਰ ਕਬੱਡੀ ਦਾ ਸਾਬਕਾ ਅਫਸਰ ਪਾਕਿਸਤਾਨ ਸਟੇਟ ਤੇ ਗਾ ਰਹੇ ਨੇ ਪਹੁੰਚੇ ਨਜ਼ੀਰਾ ਪਲੇਅਰ। ਚੱਲ ਪਈ ਸੋਹਣਿਆ, ਖਾਲਦ ਮਹਿਮੂਦ ਪੱਟੀ ਮੁੰਡਾ ਸ਼ਹਿਰ ਲਾਹੌਰ ਦਾ, ਉੱਥੇ ਸਮੁੰਦਰੀ ਦੀ ਕੰਧ ਲਾਗੀ ਨਾਲ ਨਫੀਸ ਗੁੱਜਰ ਤੇ ਖਾਲਾ ਪੱਟੀ, ਨਫੀਸ ਗੁੱਜਰ ਖਾਲਦ ਪੱਟੀ ਨੰਬਰ ਚਾਪੀ ਦਾ ਨੰਬਰ ਇੱਕ ਕਈ ਤਾਰੀਆਂ ਮਾਰਸ ਮੁੰਡੇ ਦੀਆਂ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ 2018 ਦਾ ਬੈਸਟ ਜਾਫੀ। ਅਗਲੀ ਕਬੱਡੀ ਪਾਉਣ ਵਾਸਤੇ ਪੱਟ ਤੁਰ ਪਿਆ ਰੱਬ ਸੱਚੇ ਨੂੰ ਕਰਕੇ ਯਾਦ ਤੇ ਦੇਸੀ ਘਿਓ ਪੱਟਾਂ ਨੂੰ ਮਲਦਾ ਕੋਈ ਇਹਦੀ ਬਾਹ ਨੌਜਵਾਨਾਂ ਕਬੱਡੀ ਲਫ਼ਜ਼ ਨਾ ਉਪੜੇ ਹਾਲੇ ਕੀ ਤੇਰੇ ਹੁਸਨ ਹਵਾਲੇ ਕੀ ਲਫ਼ਜ਼ ਨਾ ਉਪੜੇ ਹਾਲੇ ਕੀ ਮੁਹੰਮਦ ਸ਼ਫੀਕ ਕਿਸ਼ਤੀ ਸਦਕੇ ਜਾਵਾਂ ਨੌਜਵਾਨਾਂ ਤੈਨੂੰ ਰੱਬ ਦੀਆਂ ਰੱਖਾਂ। ਵਰਲਡ ਕੱਪ 2014 ਜੰਗ ਨੇ ਵੇਖਿਆ ਇਸ ਨੌਜਵਾਨ ਦੀਆਂ ਖੇਡਾਂ ਨੂੰ ਇਹਦੀਆਂ ਧਮਾਲਾਂ ਨੂੰ ਉਹ ਲਗਾ ਵਿਕਾਸ ਗੁੱਜਰ ਪਿੱਛੇ ਤੋਂ ਕਿਆ ਕਰ ਰਹੇ ਬਾਈ ਜੀ ਉਹ ਕਿਸ਼ਤੀਆ ਉਹਨੇ ਫਿਰ ਸੌ ਲੱਗੇਗਾ ਕਬੱਡੀ ਤਾਜ ਦਾ ਮਾਇਆ ਕਿਸ਼ਤੀ ਦਾ ਮਾਨ ਸਨਮਾਨ ਹੈ ਜੀ ਜਿੰਦਾਬਾਦ ਕਿਸ਼ਤੀਆ ਕਬੱਡੀ ਪਾਉਂਦਾ ਪਿਆ ਬਲਾਲ ਮੋਹਨ ਢਿੱਲੋ। ਅਗਲੀ ਕਬੱਡੀ ਦੇ ਉੱਪਰ ਸਟੇਜ ਦੇ ਉੱਪਰ ਮੁਹਤਰਮ ਜਨਾਬ ਸ਼ਾਫੀ ਹੁਸੈਨ ਸਾਹਿਬ ਪ੍ਰੈਜ਼ੀਡੈਂਟ ਕਬੱਡੀ ਫੈਡਰੇਸ਼ਨ ਪਾਕਿਸਤਾਨ, ਮੀਆਂ ਇਮਰਾਨ ਮਸੂਦ ਸਾਹਿਬ ਵਜ਼ੀਰ ਤਾਲੀਮ, ਇੱਧਰ ਮੁਸ਼ਰਫ ਜੰਜਵਾ ਹਾਏ ਪਿੰਡ ਹੈ ਮੁਸ਼ਨਾ ਹੈ ਮੁਸ਼ਰਫ ਤੇ ਪਿੰਡ ਦਾ ਬਾਠ ਹੈ ਜੱਗ ਸਾਰਾ ਜਾਣਦਾ ਕੌਂਟੀ ਦਾ ਇਹ ਰਾਠ ਹੈ ਉੱਧਰ ਬਲਾਲ ਮੋਹਨ ਢਿੱਲੋ ਇੱਧਰ ਜੰਜਵਾ ਹਾਏ ਭੇਰ ਸਾਨਾ ਦਾ ਇਸ ਸਾਈਆਂ ਦੇ ਰਸਤੇ ਟੱਕੇ ਜ਼ਿੰਦਾਬਾਦ ਜੀ ਉੱਧਰ ਕਬੱਡੀ ਲਾਲਾ ਅਬਦੁੱਲਾ ਕੰਬੋ ਤੇ ਲਾਲਾ ਪਿਓਰ ਪੰਜਾਬੀ ਆਜ਼ਾਦ ਬਲੀ ਸਾਹਿਬ ਵੱਲੋਂ ਕਮੈਂਟਰੀ ਬਾਕਸ ਵਿੱਚ 1000 ਰੁਪਿਆ ਨੌਜਵਾਨ ਆਇਆ ਜੀ ਇਹਨਾਂ ਦੇ ਪਿਆਰ ਦਾ ਬਹੁਤ ਸ਼ੁਕਰੀਆ ਮੁਹਤਰਮ ਆਜ਼ਾਦ ਬਲੀ ਸਾਹਿਬ ਸਾਨੂੰ ਇਸ ਕਾਬਲ ਸਮਝਿਆ ਜ਼ਿੰਦਾਬਾਦ ਜੀ ਆਜ਼ਾਦ ਬਲੀ ਸਾਹਿਬ ਬਹੁਤ ਸ਼ੁਕਰੀਆ ਔਰ ਸੈਕਿੰਡ ਬਾਸਲ ਸਾਹਿਬ ਨਾਰਵੇ ਵਾਲੇ ਇਹਨਾਂ ਨੇ 500 ਰੁਪਇਆ ਕਮੈਂਟਰੀ ਬਾਕਸ ਮੇਰੇ ਪਾਸ ਆਇਆ ਹੈ ਇਹਨਾਂ ਦੇ ਪਿਆਰ ਦਾ ਬਹੁਤ ਸ਼ੁਕਰੀਆ ਸਦਕੇ ਜੀ ਜ਼ਿੰਦਾਬਾਦ ਜੀ ਇੱਧਰ ਵੇਖੋ ਜੀ ਖਾਲਦ ਪੱਟੀ ਦੀ ਕਬੱਡੀ ਪੈ ਗਈ ਮੁੰਡੇ ਦੀ ਬੱਲੇ 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 ਕਰਦਾ ਹੋਇਆ ਉੱਧਰ ਨਫੀਸ ਗੁੱਜਰ ਦੋ ਨੰਬਰ ਦਾ ਸਾਜਦ ਦੇ ਸਾਥ ਗੁੱਜਰ 5000 ਰੁਪਏ ਦੇ ਮਾਨ ਸਨਮਾਨ ਬੱਲੇ 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 ਹਾਏ ਉਹ ਵੇਖੋ ਧੌਲਾ ਧੱਫੇ ਸਦਕੇ ਜਾਵਾਂ ਨੌਜਵਾਨਾਂ ਸਾਜਿਆ ਤੈਨੂੰ ਰੱਬ ਦੀਆਂ ਰੱਖਾਂ ਸੋਹਣਾ ਪੁੱਤ ਗੁੱਜਰਾਂ ਦਾ ਪਾਵਾਂ ਕੱਢ ਕੇ ਖਲੋ ਗਿਆ ਹਾਏ ਉਹ ਜਾਂਦਾ ਸ਼ੁਕਦਾ ਹੈ ਰਾਫੀ ਸਾਹਿਬ ਦਾ ਇਸ਼ਾਰਾ ਨੰਬਰ ਭੱਟੀ ਦਾ ਜਿਹਨੂੰ ਕਬੱਡੀ ਚੰਗੀ ਲੱਗੀ ਆ ਇੱਕ ਵਾਰੀ ਤਾਰੀਆਂ ਮਾਰ ਕੇ ਦੱਸੇ ਚੌਧਰੀ ਜ਼ਹੂਰ ਲਈ ਗੋਲ ਮਾਰੀਏ ਤੇ ਤਕੀਏ ਭਰ ਕੇ ਹੱਥ ਅਸੀਂ
ਅਸੀਂ ਪਿੱਛੇ ਵਿੱਚ ਪਿਆਰ ਦੇ ਅਸੀਂ ਕਦੀ ਨਹੀਂ ਹੋਣਾ ਵੱਖ ਅਸੀਂ ਸਾਹਿਬ ਸ਼ਰਮਾ ਬਣਨੇ ਸਾਡੇ ਮੌਲਾ ਰੱਖੇ ਕੱਖ ਸੈਦ ਬਾਦਸ਼ਾਹ ਸਾਹਿਬ ਨੂੰ 500 ਕਰੀ ਯਾਦ ਮੱਲੀ ਸਾਹਿਬ ਨੂੰ 500 ਇਹ ਵਿਕਾਸ ਪਾਟਾ ਜੀ ਜਾਬਰ ਮੌਲਾ ਸੋਰੀ ਠੀਕ ਹੈ ਜੀ ਇਹ ਮੁੰਡੇ ਨੇ ਜਾਬਰ ਖੰਬੋ ਔਰ ਨਾਲ ਨਾਲ ਉਹਦੇ ਨਾਲ ਨਾਲ ਜਨਾਬ ਲਾਲਾ ਬਾਦਸ਼ਾਹ ਖੰਬੋ ਸ਼ਫੀਕ ਚਿਸ਼ਤੀ ਚੰਦ ਸੋਹਣਿਆ ਸ਼ਫੀਕ ਚਿਸ਼ਤੀ ਇਹ ਸੂਰਜ ਵਰਗੇ ਲਾਲ ਨੇ ਮੇਰੇ ਖਾਣੇ ਦੇ ਕਮਾਲ ਨੇ ਜਿਹੜੇ ਗੁੱਡੀ ਖੇਡਣ ਆਏ ਨੇ ਸਭ ਪੰਜਾਬੀ ਬਾਲ ਨੇ ਇੱਕ ਵਾਰੀ ਜਿਨ੍ਹਾਂ ਨੂੰ 2400 ਲਈ ਗੋਲਡ ਕੱਪ ਕਬੱਡੀ ਟੂਰਨਾਮੈਂਟ ਪਸੰਦ ਆਇਆ ਟਿਕਾ ਕੇ ਤਾੜੀ ਆਉਣ ਦਿਓ ਜਿਨ੍ਹਾਂ ਨੂੰ ਚਸ ਆਈਏ ਇਹਨਾਂ ਨੂੰ ਆਉਣਾ ਪਲੇਅਰਾਂ ਨੇ ਇੱਕ ਵਾਰੀ ਤਾੜੀ ਮਾਰ ਕੇ ਨੌ ਜਿੱਤਦੇ ਪਾਸੇ ਕਬੱਡੀ ਫਿਰ ਪੈਗੀ ਨੌਜਵਾਨ ਦੀ ਕਹਿੰਦੇ ਨਹੀਂ ਬੰਦਾ ਨਾ ਇਸ ਲਈ ਬਲਾਲ ਮੌਸਮ ਢਿੱਲੂ ਜੀ ਨਹੀਂ ਸਾਧ ਦਾ ਜੱਟ ਤੇ ਸਾਹਮਣੇ ਮੌਸਮ ਸੀ ਵਾਲਾ ਬੋਲੀ ਮੁਰਤਜ਼ਾ ਸਾਹਿਬ ਤਵਜੋ ਮਸੂਦ ਵੇਖਾ ਉਹ ਗੁੱਡੀ ਮਾਰੇ ਗਈ ਸਾਹਮਣੇ ਲੇਕਰ ਆਉ ਗਿਆ ਓਏ ਮਾਨਾ ਜੱਟ 2014 ਮੰਗੀ ਵੇ ਨਿਕਲੇ ਕੰਪਨੀ ਅਸੀਂ ਸ਼ੁਕਰੀਆ ਅਦਾ ਕਰਨ ਦਾ ਕਬੱਡੀ ਪਾਏਗਾ ਫਿਰ ਰਾਣਾ ਜਾਬਰ ਕੰਬੋ ਚੰਦ ਬਈ ਸੋਹਣਿਆ ਦੇਵੇ ਅਮਨ ਤੇ ਪਿਆਰ ਦਾ ਤਰਸ ਚੜੀ ਉਸ ਖੇਡ ਨੂੰ ਆਖਦੇ ਹਨ ਕੰਬੀ ਇਹਨੂੰ ਨੇੜੇ ਲਾ ਕੇ ਕੋਈ ਫਲ ਲਵੇ ਨਹੀਂ ਤੇ ਪੀਹਾ ਅੜਕੇ ਭਾਜਾ ਲਵੇ ਐ ਲਾਣਾ ਜਾਬਰ ਕੰਬੋ ਚੰਦ ਸੋਹਣਿਆ ਹਾਂਜੀ ਇੱਧਰ ਜਨਾਬ ਹਾਜੀ ਮੁਹੰਮਦ ਅਸ਼ਰ ਖੋਂਦਾ ਸਾਹਿਬ ਆਪਣੀ ਰਵਾਇਤ ਬਰਕਰਾਰ ਰੱਖਦੇ ਹੋਇਆ ਸਾਨੂੰ 5000 ਰੁਪਇਆ ਫੇਰੇ ਕਰੀ ਜਿੰਦਾ ਉਹ ਲਾਣਾ ਜਾਬਰ ਜੀ ਹਾਂਜੀ ਦੱਸਣਗੇ ਸੁਲਤਾਨ ਬਲੀ ਜੀ ਹਾਂਜੀ ਜਿੰਦਾਬਾਦ ਜਨਾਬ ਹਾਂਜੀ ਆਪੇ ਇੱਕ ਸਾਹਿਬ ਕਿਆ ਬਾਤ ਹੈ ਜੀ ਮਿਹਰਬਾਨੀ ਆਓ ਮੇਰੇ ਕੋਈ ਜੱਪਾ ਹੋਇਆ ਜੀ ਦੱਸਣਾ ਪੈਣਾ ਕਿ ਕੀ ਬਣਿਆ ਨਦੀਮ ਬੰਦ ਕਰਕੇ ਚਲਾਈ ਛੂਟਦੇ ਜਿਵੇਂ ਸਾਗਰਾਂ ਦੇ ਵਿੱਚ ਤੂਫਾਨ ਕੱਲੇ ਨੂੰ ਕੱਲਾ ਜਦੋਂ ਟੱਕਰੇ ਭੱਖਦਾ ਫੇਲ ਮੈਦਾਨ ਜਨਾਬ ਤੈਮੂਰ ਮੁਹੰਮਦ ਤੈਮੂਰ ਭੱਟੀ ਸਾਹਿਬ ਸਫਾਈ ਵਜ਼ੀਰ ਦੇ ਖੇਲ ਅੱਜ ਦੇ ਮੈਚ ਦੇ ਮਹਿਮਾਨ ਸੁਸ਼ੀ ਨੇ ਜੀ ਆਏ ਜੀਓ ਜੀ ਜੁੱਤੀ ਫਲ ਦੀ ਬਣਾਉਣਾ ਨਹੀਂ ਚਾਹਦੇ ਮੁਹੰਮਦ ਪ੍ਰਕਾਸ਼ ਭੱਟ ਚਾਹਦੇ ਕਹਿੰਦੇ ਕੌਡੀ ਦੀ ਜਦੋਂ ਵੀ ਗੱਲ ਹੋਵੇ ਨਾਮ ਆਵੇ ਇਹਨਾਂ ਦਾ ਝੱਟ ਯਾਰੋ ਆਏ ਮੁਸ਼ਰਫ ਜਵੇਦ ਸਿੰਘ ਜੂਆ ਇੱਕ ਸ਼ਰਫੀ ਬਾਠਾ ਦਾ ਜਾਣਾ ਜੱਫੇ ਗਰਮੀ ਖਾ ਕੇ ਸਿਰਫ ਫਸਲੇ ਕੁੰਡੀਆਂ ਦੇ ਤੂੰ ਬਹਿ ਜਾ ਮਿੱਤਰਾ ਗੋਡੀ ਲਾ ਕੇ ਮੁਸ਼ਰਫ ਜੀ ਪੁਆਇੰਟ ਪੋਜੀਸ਼ਨ ਦੱਸੋ ਜੀ ਜਰਾ ਜਾਬਰ ਕੰਬੋ ਜੀ ਚਾਬਲ ਕੰਬੋ ਚਿੱਟੇ ਰੰਗ ਦਾ ਚਲਾਇ ਨਪੀਰਾ ਚਿੱਟੀ ਚਾਦਰ 62 ਕੁੜੀਏ ਤੇ ਪੈਨ ਫਕੀਰਾਂ ਵਾਲੀ ਲੋਈ ਚਿੱਟੀ ਚਾਦਰ ਨੂੰ ਦਾਗ ਦਾ ਨਹੀਂ ਨਵੀਨ ਨਪੀਰਾ ਕੀ ਆ ਰਹੇ ਨੂੰ ਕੋਈ ਚਾਬਲ ਕੰਬੋ ਮੈਂ ਦੱਸਣ ਬੱਚੋ ਨੇ ਕੁਝ ਪਟਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਨਹੀਂ ਕਿ ਲੱਭਣਾ ਫੜਨ ਜੋ ਗਿਆ ਨਹੀਂ ਲੱਭਣਾ ਲਾਲ ਗਵਾਚਾ ਚੱਲ ਲਾਲਾ ਅਬੈਦੁੱਲਾ ਕੰਬੋ ਸ਼ੇਰ ਪੰਜਾਬ ਦਾ ਇਸ ਨੌਜਵਾਨ ਨੂੰ ਖਿਤਾਬ ਮਿਲਿਆ 2012 ਫੈਸਲਾਬਾਦ ਮੇਲਾ ਮੰਡੀ ਦੇ ਵਿੱਚ ਇਸ ਨੌਜਵਾਨ ਸ਼ੇਰ ਪੰਜਾਬ ਦਾ ਖਿਤਾਬ ਮਿਲਿਆ ਸੀ ਲਾਲਾ ਬੈਦੁੱਲਾ ਕੰਬੋ ਕਹਿੰਦੇ ਬਦਨ ਗੁੱਡਵਾਂ ਤੇ ਜਾਨ ਇਹਦੇ ਵਿੱਚ ਬੜੀ ਆ ਕੌਡੀ ਦੇ ਮੈਦਾਨ ਵਿੱਚ ਗੁੱਡੀ ਇਹਦੀ ਚੜੀ ਆ ਜਿੱਧਰ ਆਉਣਾ ਜਾਂਦਾ ਲੋਕੀ ਸ਼ਫੀਕ ਚਿਸ਼ਤੀ ਚੱਲਦੇ ਜਾਣਾ ਮੁਹੰਮਦ ਸ਼ਫੀਕ ਚਿਸ਼ਤੀ ਵਰਲਡ ਕੱਪ ਪ੍ਰੀ ਟਰੈਕਟਰ ਦਾ ਜੇਤੂ ਹੈ ਇਸ ਨੌਜਵਾਨ ਮੁਹੰਮਦ ਸ਼ਫੀਕ ਚਿਸ਼ਤੀ ਪਾਸ ਤਰ੍ਹਾਂ ਖਿਡਾਰੀਆਂ ਹੋਈਆਂ ਬਾਹਾਂ 2 ਨੰਬਰ ਤੋਂ ਲੱਗਿਆ ਵਿਕਾਸ ਗੁੱਜਰ ਜਨਾਬ ਚੌਧਰੀ ਸ਼ਾਫਿਰ ਹੁਸੈਨ ਸਾਹਿਬ ਜ਼ਾਕਿਰ ਸਾਹਿਬ ਕਹਿੰਦੇ 2 ਨੰਬਰ ਦਾ ਬੰਦਾ ਵੀ ਮਾੜਾ ਤੇ 2 ਨੰਬਰ ਦਾ ਬੰਦਾ ਵੀ ਮਾੜਾ ਹਾਂਜੀ ਪੁਆਇੰਟ ਪੋਜੀਸ਼ਨ ਦੱਸਿਓ ਜੀ ਦਾ ਅੱਛਾ ਪੁਆਇੰਟ ਉੱਧਰ ਚਲੇ ਗਿਆ ਜੀ ਹਾਂਜੀ ਦੱਸੋ ਜੀ ਸਫਲ ਮਲਿਕ ਸਾਹਿਬ ਜੀ ਸਾਧੁਲਾ ਜੱਟ ਜੀ ਪੋਤੀ ਚੱਪਦਾ ਤੇ ਜੰਗ ਬਾਬਾ 18 ਦੇ ਏਅਰਫੋਰਸ 16 ਆਏ ਹਾਏ ਹਾਏ ਬਾਬਾ 18 ਦੇ ਏਅਰਫੋਰਸ 16 ਪੁਆਇੰਟ ਹੋ ਗਏ 17 ਤੇ 18 ਬਲਪੂਰ ਦਾ ਨੌਜਵਾਨ ਖਿਡਾਰੀ ਇਸ ਵੇਲੇ ਪਾਕਿਸਤਾਨ ਦਾ ਸੁਪਰ ਫਿਟ ਖਿਡਾਰੀ ਜਿਸ ਨੌਜਵਾਨ ਖਿਡਾਰੀ ਨੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਦਿੱਲੀ ਗਿੱਦੜੀ ਹੈ ਜਨਮ ਗਿੱਦੜਾਂ ਨੂੰ ਕੱਲ੍ਹ ਸ਼ੇਰ ਵੀ ਹੀ ਸਕਦੀ ਸ਼ੇਰ ਪੈਦਾ ਜੇਕਰ ਜ਼ਮੀਨ ਦੇ ਵਿੱਚ ਦਿਲ ਹੋਵੇ ਫਸਲ ਹੁੰਦੀ ਜ਼ਮੀਨ ਚੋਂ ਫੇਰ ਪੈਦਾ ਚੰਦ ਚੌਧਰੀ ਦਾ ਰਾਤ ਨੂੰ ਦਿਨ ਚੜ੍ਹੇ ਸਦਾ ਮੱਸਿਆ ਕਰਦੀ ਹਨੇਰ ਪੈਦਾ ਕੀਤੀਆਂ ਮਿਹਨਤਾਂ ਹੋਣ ਜਿਨ੍ਹਾਂ ਮਾਪਿਆਂ ਨੇ ਹੁੰਦੇ ਉਹਨਾਂ ਦੇ ਘਰ ਕੌਡੀ ਦੇ ਪਲੇਅਰ ਪੈਦਾ ਸ਼ਾਨੀ ਬਸਰਾ ਖੂਨ ਖਾਨ ਜਾਫੀ ਆਏ ਦੂਸਰੇ ਪਾਸੇ ਟਾਈਗਰ ਆਫ ਪਾਕਿਸਤਾਨ ਆਏ ਰਾਹ ਢੱਕ ਕੇ ਖਲੋ ਗਿਆ ਮੇਰਾ ਮੈਂ ਭਾਬੀ ਸੋਹਣਾ ਮੁੰਡਾ ਬਸਰਿਆਂ ਦਾ ਸ਼ਾਨੀ ਬਸਰਾ
मेहनत हो मापिया ने मुझे जाबर कंबो चलो भी देखो जाबर कंबो आज दौड़ने में शामिल जरा बाबा अली मोहम्मद बाबा खो खो जाए ख्वाजा अली मोहम्मद बाबा एक बड़ी बार मिलना 25,000 रुपया जाबर कंबो भी उस दौड़ने में शामिल साजन निसार गुजर साजन निसार गुजर पंजाब का मान सोना जिन देखिया सीमा पर जाता जाबर कंबो जो आवे रेड उठे कभी जिन भी होवे पाकिस्तान बापटा दे पॉइंट 24-24 पाकिस्तान बापटा दे पॉइंट 18 जिथे मैच कबड्डी का होंगे भाग उस धरती लगता है विकास गुजर जाबर कंबो पिछा अटवाई जवाना नु मान जवानी का जाबर कंबो विकास गुजर राह डट के खलो गया मेरा ही भाभी सोहना मुंडा गुजरा का ਮੋਟਾਸ਼ਰ ਬੋਗਲ ਸਾਡੇ 5,000 ਰੁਪਇਆ ਕਮੈਂਟਰੀ ਬਾਕਸ ਵਿੱਚ ਭੇਜਿਆ ਇਹਨਾਂ ਦੇ ਚਾਰ ਤਾਂ ਪਹੁੰਚ ਗਏ ਸਰਦਾਰ ਸੰਤੋਖ ਸਿੰਘ ਬੰਦਰ ਬਾਜੀ ਕਬੱਡੀ ਵੇਖੀਏ ਲਾਲਾ 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 ਨਾਲੇ ਘੂਰਦਾ ਨਾਲੇ ਹੈ ਪਿਆਰ ਕਰਦਾ ਲਾਲਾ ਨਖਰੇ ਵੇਖ ਲਓ ਹਜ਼ਾਰ ਕਰਦਾ ਜਿੰਦਾਬਾਦ ਜੀ ਕਿ ਨੰਬਰ ਕਮੈਂਟਰ ਦਾ ਔਰ ਮੈਂ ਦੱਸਦਾ ਜਾਵਾਂ ਕਿ ਬੈਸਟ ਪਲੇਅਰਾਂ ਵਾਸਤੇ ਵੀ ਇਨਾਮ ਹੋ ਗਏ ਅਵਾਰਡ ਹੋਏਗਾ ਸਜ਼ਲੇ ਹੱਥ ਉੱਤੇ ਨਿਸ਼ਾਨੇ ਅਲੀ ਇਹ ਕਰਦੇ ਪਏ ਨੇ ਨੂੰ ਇਹ ਜੱਜ ਕਰਨ ਦੇ ਲਈ ਕੌਣ ਬੈਸਟ ਹੁੰਦਾ ਕਿਹਦਿਆਂ ਪੱਟਾਂ ਤੇ ਮੋਰ ਪਹਿਲਾਂ ਪਾਉਂਦਾ ਉੱਧਰ ਵੇਖੋ ਜੀ ਨੌਜਵਾਨ ਖਾਲਦ ਮਹਿਮੂਦ ਪੱਟੀ ਮੀਆਂ ਇਮਰਾਨ ਮਸੂਦ ਸਾਹਿਬ ਵਜ਼ੀਰ ਤਾਲੀਮ ਇਹਨਾਂ ਲਈ 1,000 ਰੁਪਇਆ ਕਮੈਂਟਰੀ ਬਾਕਸ ਦੇ ਮਾਨ ਸਨਮਾਨ ਹੈ ਪਰ ਇਹ ਜਿੰਦਾਬਾਦ ਜੀ ਲਓ ਜੀ ਕੋਈ ਟੈਕਨੀਕਲ ਪ੍ਰੋਬਲਮ ਆਈ ਹੋਈ ਆ ਫਾਈਨਲ ਮੁਕਾਬਲਾ ਯਕੀਨ ਕਰਿਓ ਅਸੀਂ ਤਾਂ ਬਹੁਤ ਨਜ਼ਾਰਾ ਲਿਆ ਅਗਰ ਤੁਸੀਂ ਨਜ਼ਾਰਾ ਲਿਆ ਪੰਜਾਬੀ ਤੇ ਆਪਣੇ ਹੋਣ ਦਾ ਸਬੂਤ ਦਿਓ ਆਪਣੇ ਵਾਸਤੇ ਤਾੜੀਆਂ ਮਾਰਦੇ ਜਦੋਂ ਆਪਣਾ ਵਜੂਦ ਚੰਗਾ ਲੱਗਦਾ ਮਾਰੋ ਤਾੜੀਆਂ ਜ਼ਿੰਦਾਬਾਦ ਜੀ ਜ਼ਿੰਦਾਬਾਦ ਜੀ ਉੱਧਰ ਦੇਖੋ ਜੀ ਨੌਜਵਾਨ ਫਸ ਜਵੇਦ ਤੇ ਪ੍ਰਕਾਸ਼ ਪੱਟ ਵੱਜਦੇ ਪਏ ਧੱਕੇ ਹੋ ਗਿਆ ਹਾਏ ਫਸ ਜਵੇਦ ਪਾਕ ਨਿਕਲ ਹੋ ਗਿਆ ਇਹ ਵੇਂਦੇ ਪਏ ਨੇ ਅਫਤਰ ਰਜ਼ਾ ਗਿੱਲ ਸਾਹਿਬ ਸਵਾਰ ਲੈਂਦੇ ਨੇ ਇਹ ਸ਼ਬਾਰ ਨੂੰ ਦੇ ਜੱਟ ਸਾ ਲੈਂਦੇ ਹਾਏ ਨੰਬਰ
ਕੰਬੋ ਕਿਆ
चल पे सोनिया वसीम कंबो नंबर दादा पर कीता कबड्डी पाएगा नौजवान मलिक बिनियामीन एक करी फिर नौजवान बिनियामीन दी कबड्डी के पैरों शोर दे नाले लचकदार बिनियामीन रेड मारन दा पूरा फनकार बिनियामीन मतलब सरमुचे ने कीती है कोशिश जदा कोई ला कंपनियां फुट कैसे दी है कंजियां नंबर वापया दा अब्दुल रजाक खेल साहब जी की पूरे मुस्कुरा रहे ने महसूस हो रहे ने के काफी देर के बाद वापया आज बहुत तगड़ा परफॉर्म कर दी गई है और शबाद अली विदेशा साहब चौधरी मोहम्मद हुसैन गुर्जर साहब सवाद लैन दे रहे हैं गुलाम मुस्तफा बिजली क्या कर रहे हो बिजली जिसको लगेगी उसे कैंट बनेगा भाई नंबर बिजली दा नंबर गुलाम नाम मिनट में बहुत तगड़िया कबड्डियां मारियां कबड्डी पाएगा मोहम्मद शफीक चिश्ती एक करी फिर शफीक चिश्ती की कबड्डी चौधरी जहूर इलाही गोल्ड कप का फाइनल मुकाबला इधर कबड्डी एसोसिएशन पंजाब कबड्डी फेडरेशन पाकिस्तान कबड्डी एसोसिएशन पंजाब सलाम पेश करते हैं जोड़े शर्मगोदर साहब जी की सवाल ले रहे होंगे डॉक्टर हुसैन शर्मगोदर साहब जिंदाबाद जी मोहतरम सुल्तान भाई साहब का इशारा के नंबर कबड्डर का नंबर जाफी का नंबर जाफी का नंबर जाफी का कबड्डी पाएगा मोहम्मद वसीम कंबो अगली कबड्डी पाण वास्ते चौधरी जहूर इलाही गोल्ड कप कबड्डी टूर्नामेंट के भावे दूजे पार खलोता रहिंदा है सोचां दे विच घर खलोता रहिंदा है ते कभी शाह हुसैन साहब स्पेशल डेलीगेट फॉर चौधरी जहूर इलाही के सोचां दे आए बंदा मर के अखे ओले हो जांदा भारत दा इक दरबार खलोता रहिंदा है बंदा मर के अखे ओले हो जांदा भारत दा ਕਰਦਾਰ ਖਲੋਤਾ ਰਹਿੰਦਾ ਏ ਜਾਬਰ ਕੰਬੋ ਲਗਾ ਨਫੀਸ ਗੁਜਰ ਏ ਸਦਕੇ ਜਾਬਰ ਜਿਹੜਾ ਜਾਬਰ ਦੀਆਂ ਤਾਰੀਆਂ ਨਾ ਮਾਰੇ ਫਿਰ ਪਾਕਿਸਤਾਨ ਨਹੀਂ ਆ ਅਗਲੀ ਕਬੱਡੀ ਪਾਉਣ ਵਾਸਤੇ ਗੁਲਾਮ ਮੁਸਤਫਾ ਬਿਜਲੀ ਇੱਕ ਕਰੀ ਫਿਰ ਮੈਦਾਨ ਦੇ ਵਿੱਚ ਕਬੱਡੀ 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 ਹਾਈ ਬਿਜਲੀ ਦੇ ਸਦਕੇ ਕੇ ਚਾਰ ਇਲੈਕਟ੍ਰੀਸ਼ੀਅਨ ਬਿਲਕੁਲ ਤਿਆਰ ਬਾ ਤਿਆਰ ਸਾਹਿਬਾ ਨੇ ਪਾਇਆ ਸਾਹਿਬਾ ਨੇ ਬਹੁਤ ਅਗਲੇ ਭਾਈ ਬਿਜਲੀ ਨੂੰ ਪਾਇਆ नंबर कबड्डी का रविता जी भाई नंबर रफी साहब का इशारा रफी साहब का सामने झुका है रेफरी की गल मननी जाएगी भाई ने जो मर्जी हो जी मलिक बिनियामीन मीन चल पे सोना पाक कबड्डी मैं सारे पैनल ऑफ कमेंटेटर मैं सफर महमूद शाह सैयद जागरानी साहब अबरार हीरा हाफिज मोहम्मद अमजद इंतहाई शुक्रिया अदा कर रहा हूं तुम्हारा कि तुसी ग्राउंड आ ग्राउंड भाई अगर कोई माड़ी तेनी गल मुंह निकल गई तो सब तो माजर इधर देखो जी ए नौजवान बिनियामीन मीन और लगा नाम उनका साजिद नसार गुजर पर काम नहीं बने अगली कबड्डी पाउण वास्ते नौजवान चल पे सोनिया पाक कबड्डी कबड्डी वसीम कंबोर जी लो जी लगी हुई लगी लो आज चल पे वसीम कंबो उधर पास जवेद इधर वसीम कंबो कट्टा वजदी पे ब्रेक लाउंदा है सदके जावा नौजवाना ए धक्के तौला तफे खप्पे सज्जी उत्ते थले हो जांदे नंबर वसीम कंबो दे खाते वैपी दे जी कमांडर लाल जी जाबर कंबो अगली कबड्डी उते लाला जाबर कंबो नॉन स्टॉप एक्सप्रेस वैलेंटाइन हले फिकर नॉन स्टॉप जा रहे हैं जी जाबर को कंबो भी थोड़ी और प्यार है ताली मारे माशाल्लाह अल्लाह पाक सलामत रखे इस नौजवान को सरवर राणा साहब का स्पेशल प्यार इस प्रेम लाल अगली कबड्डी पुष्पा बिजली ओके अगली कबड्डी गुलाब मुस्तफा बिजली रेल होते रोज मार मुशर्रफ चले चलवा पंजाब का भागा भागा लेकिन एक अमर बात है तकर हुई है कोई जाफी राजी कोई जाफी रा बड़ा तगड़ा मुकाबला आई जब आएगा फाइनल रोज अगली कबड्डी शफीक चिश्ती रेल बना दे शफीक चिश्ती जी शफीक चिश्ती अगली कबड्डी आ गया क्या बात है जी आवाज शाह साहब ने 2500 रुपया जाबर का बोल आई सैयद आवाज शाह साहब नारे आने 500 रुपया जाबर का बोल बड़ी मेहरबानी चौधरी जमींदार वाली जी कमाता साधुला चाकरे के पुत्र में चाटना कमाल पावन नचना बैठा भी मैं छाल मार के कहीं चलिए सरकार बैठा भी मैं छाल मार के शादी फसला और इससे बड़ा पॉइंट हासिल किया है साहब उन्होंने अंग्रेज चाल भी अगली कबड्डी मलिक बिनियामीन मुख मेहमान जनाब चौधरी हुसैन लाई साहब एमएलए फरदंद अहमद जनाब चौधरी परवेज लाई स्पीकर पंजाब असेंबली तशरीफ लेके आए वेलकम जी आया नू अहलन व सहलन मरहबा
हाँ जी वायरलेस पैक अगर है ना दो यार वायरलेस पैक चौधरी हुसैन अलाई साहब फरजंद अर्जमान चौधरी जहाद हुसैन वो तशरीफ लेके हल्का एन ए 69 तो मुंतब हो चौधरी फैमिली के फरजंद अर्जमान चौधरी हुसैन अलाई साहब अहलन व सहलन मरहबा जी आयान जनाब चौधरी जहूर अलाई शहीद गोल्ड कप कबड्डी टूर्नामेंट बैठरी चौधरी हुसैन लाई साहब एम एल ए चौधरी शाफी हुसैन साहब और जी महाराज गुलाम मुस्तफा पीली और जाफी कड़ा ला गया एक कमर बाटे कमर बाटे दोनी जाफी ला गया कमर बाटे तो 11 बार मोहित राज बिजली आया बिजली तेरे सरके दूसरे बड़े कमर बाटी तगड़ा बिजली भी तगड़ी है रात दिन भाई ओ हो 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 क्या बात है जी अगली कबड्डी मलक प्रिया भी बूटा चल शाह गोदी सर जमीन अतल्ला पहले बरके पट मोरी बगा लग गए नफीस गुजर लगा 432 गुजरता वीरा मोहम्मद नफीस गुच्छा आयो गुजरा दूसरे बने मलक के गुच्छा मलक के गुच्छा उठ बुलिया तेरी बारी आया तो तेरा पीछा रह गया अगले तेरा अंगा रह गया तो बल्ले 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 वही हासिल किया नफीस गुजर रहे अपनी इस टीम के वास्ते आजकल चल रहा है तगड़ा मुकाबला जावी मोहम्मद वसीम कंबो कमतवरा मोहम्मद वसीम कंबो मुशर मोहसिन वसीम वाला पांच चौक तबाह तो सरो फटना बड़ी गली छोटी गली एनओसी का था तगड़ा चाची साइकिल ओए बड़ा बात ओए हो क्या बात है आजकल तगड़ा मुकाबला गोल नहीं जाएगा टीमें लाइनअप हो जाएंगे जी जैवी ये मैच खत्म होएगा कोई बंदा ग्राउंड के अंदर नहीं आएगा पहले टीमां लाइना आए हो बतानी पॉइंट वापा एयर